पहला चार साल पहला ब्याह किया 2019 च। उस बाद ओनू भी पैसे पूसे भेजते रहे, इहदा भी कम लेट हो गया, करोना आ गया, 3-4 साल इत्थे लेट हो गया। ओनू भी पैसे पूसे भेजते रहे, हुण इहदे जाण तों बाद भी पी आर वास्ते 6-7 लाख रुपया होर भेजिया ओनू। हुण जाण सारी मनिंदर ओह कहिंदी वी पैसे आपां होर भरने ने, अजे पी आर दी फाइल वगैरह कुछ नहीं लगी, साडी जमीन थी जिहड़ी ओह वी इसदा बेचती बच्चा करके वी चलो इह सैट होणगे। ਪਰ ਜਦੋਂ ਉਹ ਸਾਨੂੰ ਆ ਸੁਨੇਹਾ ਮਿਲਿਆ ਜੀ ਹਾਂ ਤੁਸੀਂ ਆਪ ਹੀ ਦੇਖ ਲਓ ਕੀ ਕਰੀਏ। 36 ਸਾਲ ਉਮਰ ਸੀ, ਹੱਥ ਬੰਨ ਕੇ ਪੀ ਲੈ ਜੀ ਮੇਰੇ ਬੱਚੇ ਨੂੰ ਇੱਥੇ ਸਾਡੇ ਕੋਲ ਭੇਜਿਆ ਜਾਵੇ। ਨਹੀਂ ਜੀ ਫਿਲਹਾਲ ਸਾਨੂੰ ਤਾਂ ਉਹਨਾਂ ਦੀ ਡੈਥ ਦੇ ਬਾਰੇ ਪਤਾ ਲੱਗਾ ਸਿਰਫ, ਤੇ ਸਾਡੇ ਕੋਲ ਤਾਂ ਇੰਨਾ ਫਾਈਨੈਂਸ਼ਲੀ ਕੁਛ ਨਹੀਂ ਹੈਗਾ ਵੀ ਅਸੀਂ ਪੈਸੇ ਖਰਚ ਕੇ ਉਹਨੂੰ ਲਿਆ ਸਕੀਏ ਇੱਥੇ। ਅਸੀਂ ਤਾਂ ਸਰਕਾਰ ਵੱਲੋਂ ਇਹ ਕੋਈ ਮੰਗ ਕਰਦੇ ਹਾਂ ਵੀ ਜੇ ਸਾਡੀ ਕੋਈ ਹੈਲਪ ਕਰ ਸਕਦਾ ਹੋਵੇ ਅਸੀਂ ਆਪਣੇ ਬੱਚੇ ਨੂੰ ਇੱਥੇ ਲੈ ਕੇ ਉਹਦੀ ਜਿਹੜੀ ਵੀ ਮਿੱਟੀ ਆਪ ਸਮੋਲ ਸਕੀਏ। ਹਾਂਜੀ ਦੁਖਦਾਈ ਖਬਰ ਤੋਂ ਬਾਅਦ ਨਹੀਂ ਜੀ ਫਿਲਹਾਲ ਤਾਂ ਅਸੀਂ ਸਾਨੂੰ ਜਦੋਂ ਦਾ ਪਤਾ ਲੱਗਿਆ ਸਾਡੇ ਕਲਹੂਰੀ ਇੰਨਾ ਮਚ ਰਿਹਾ ਵੀ ਅਸੀਂ ਕਿਸੇ ਕੋਲ ਹਰੇ ਨਹੀਂ ਜਾ ਸਕੇ ਹੈਗੇ।